ਬਾਜਾਂ ਵਾਲੇ ਪ੍ਰੀਤਮ ਜੀ ਦੀ ਸ਼ਰਨ ਵਿੱਚ ਸੰਗਤਾਂ ਆ ਕੇ ਨਮਸਕਾਰ ਪਈਆਂ ਕਰਦੀਆਂ ਨੇ। ਭਾਈ ਡੱਲਾ ਜੀ ਵੀ ਗੁਰੂ ਗੋਬਿੰਦ ਸਿੰਘ ਪਿਤਾ ਦੀ ਸ਼ਰਨ ਵਿੱਚ ਆਉਂਦੇ ਨੇ, ਆ ਕੇ ਚਰਨਾਂ 'ਤੇ ਨਮਸਕਾਰ ਕਰਦੇ ਨੇ, ਹੱਥ ਜੋੜ ਕੇ ਖਲੋ ਜਾਂਦੇ ਨੇ। ਹੇ ਗਰੀਬ ਨਵਾਜ਼ ਸਤਿਗੁਰੂ ਜੀ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਤੁਹਾਡੇ ਚਰਨਾਂ 'ਚ ਬੇਨਤੀ ਕਰਨ ਵਾਸਤੇ ਆਇਆ। ਕਿਰਪਾ ਕਰਿਓ, ਤੁਹਾਡੇ ਚਰਨਾਂ 'ਚ ਬੇਨਤੀ ਹੈ, ਦਰਗਾਹ ਦੇ ਵਿੱਚ ਮੈਨੂੰ ਪੀੜ੍ਹੀ ਜਿੰਨੀ ਜਗ੍ਹਾ ਦੇ ਦਿਓ। ਤਾਂ ਸਤਿਗੁਰੂ ਜੀ ਚੁੱਪ ਕਰ ਗਏ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, 2 ਮਿੰਟ ਬੀਤੇ, ਫਿਰ ਭਾਈ ਡੱਲਾ ਜੀ ਆਖਣਗੇ, ਸਤਿਗੁਰੂ ਜੀ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕੀਤੀ ਹੈ, ਕਿਰਪਾ ਕਰਿਓ ਦਰਗਾਹ ਦੇ ਵਿੱਚ ਮੈਨੂੰ ਪੀੜ੍ਹੀ ਜਿੰਨੀ ਜਗ੍ਹਾ ਦੇ ਦਿਓ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਿਤਾ ਜੀ ਆਖਣਗੇ, ਉਹ ਡੱਲਿਆ ਕੀ ਕਹਿਣਾ, ਸਤਿਗੁਰੂ ਦਰਗਾਹ 'ਚ ਮੈਨੂੰ ਪੀੜ੍ਹੀ ਜਿੰਨੀ ਜਗ੍ਹਾ ਦੇ ਦਿਓ। ਸਤਿਗੁਰੂ ਜੀ ਆਖਣਗੇ, ਉਹ ਡੱਲਿਆ ਤੂੰ ਪੀੜ੍ਹੀ ਕਹਿਣਾ, ਤੈਨੂੰ ਤਾਂ ਦਰਗਾਹ ਦੇ ਵਿੱਚ ਸੂਈ ਜਿੰਨੀ ਜਗ੍ਹਾ ਵੀ ਨਹੀਂ ਮਿਲਣੀ। ਜਦੋਂ ਇਹ ਗੱਲ ਸੁਣੀ ਨਾ, ਤੈਨੂੰ ਤਾਂ ਦਰਗਾਹ ਦੇ ਵਿੱਚ ਸੂਈ ਜਿੰਨੀ ਜਗ੍ਹਾ ਵੀ ਨਹੀਂ ਮਿਲਣੀ। ਅਤੇ ਭਾਈ ਡੱਲਾ ਇੱਕਦਮ ਹੈਰਾਨ ਹੋ ਗਿਆ, ਆਖਣ ਲੱਗਾ, ਸਤਿਗੁਰੂ ਤੁਹਾਡੇ ਚਰਨਾਂ 'ਚ ਰਹਿ ਕੇ ਐਡੀਆਂ ਐਡੀਆਂ ਵੱਡੀਆਂ ਸੇਵਾਵਾਂ ਮੈਂ ਨਿਭਾ ਰਿਹਾ ਹਾਂ, ਮੈਨੂੰ ਦਰਗਾਹ 'ਚ ਸੂਈ ਜਿੰਨੀ ਜਗ੍ਹਾ ਵੀ ਨਹੀਂ ਮਿਲੇਗੀ, ਫਿਰ ਤੁਹਾਡੀ ਸ਼ਰਨ 'ਚ ਰਹਿਣ ਦਾ ਫਾਇਦਾ ਕੀ? ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ, ਉਹ ਡੱਲਿਆ ਗੁਰੂ ਘਰ ਦੀ ਇੱਕ ਮਰਿਆਦਾ ਹੈ। ਸਤਿਗੁਰੂ ਜੀ ਉਹ ਕੀ? ਸਤਿਗੁਰੂ ਜੀ ਆਖਣ ਲੱਗੇ, ਪੀਬਹੁ ਪਹੁਲ ਖੰਡੇ ਧਾਰ, ਹੋਏ ਜਨਮ ਸੁਹੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰੂ ਚੇਲਾ। ਗੁਰੂ ਘਰ ਦੀ ਇੱਕ ਮਰਿਆਦਾ ਹੈ, ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਪੈਂਦਾ ਹੈ, ਅਜੇ ਤੂੰ ਨਿਗੁਰਾ ਹਾਂ, ਸਤਿਗੁਰੂ ਮੈਨੂੰ ਵੀ ਅੰਮ੍ਰਿਤ ਛਕਣ ਦੀ ਲੋੜ ਹੈ। ਸਤਿਗੁਰੂ ਜੀ ਕਹਿੰਦੇ, ਹਾਂ ਤੈਨੂੰ ਵੀ ਅੰਮ੍ਰਿਤ ਛਕਣ ਦੀ ਲੋੜ ਹੈ, ਕਿਉਂਕਿ ਇਹ ਗੁਰੂ ਘਰ ਦੀ ਇੱਕ ਮਰਿਆਦਾ ਹੈ, ਤੂੰ ਵੀ ਆਪਣੇ ਆਪ ਨੂੰ ਮਰਿਆਦਾ ਦੇ ਵਿੱਚ ਲਿਆ। ਫਿਰ ਸਤਿਗੁਰੂ ਕੋਲ ਹੁਕਮ ਲੈ ਕੇ ਭਾਈ ਡੱਲੇ ਨੇ ਅੰਮ੍ਰਿਤ ਛਕਿਆ, ਅੱਜ ਭਾਈ ਡੱਲਾ ਵੀ ਅੰਮ੍ਰਿਤ ਛਕ ਕੇ ਸਿੰਘ ਸੱਜਿਆ, ਨਾਂ ਬਣਿਆ ਭਾਈ ਡੱਲ ਸਿੰਘ, ਅੱਜ ਅੰਮ੍ਰਿਤ ਛੱਕ ਕੇ ਭਾਈ ਡੱਲ ਸਿੰਘ ਬਣ ਗਿਆ ਭਾਈ ਡੱਲਾ, ਹੁਣ ਸਤਿਗੁਰੂ ਦੀ ਸ਼ਰਧ ਵਿੱਚ ਆਇਆ। ਸਤਿਗੁਰੂ ਜੀ ਤੁਹਾਡੀ ਕਿਰਪਾ ਦੇ ਨਾਲ ਅੰਮ੍ਰਿਤ ਛਕ ਲਿਆ ਮੈਂ, ਹੁਣ ਦਰਗਾਹ ਦੇ ਵਿੱਚ ਮੈਨੂੰ ਪੀੜ੍ਹੀ ਜਿੰਨੀ ਜਗ੍ਹਾ ਮਿਲ ਜਾਏਗੀ। ਸਤਿਗੁਰੂ ਜੀ ਆਖਣ ਲੱਗੇ, ਉਹ ਡੱਲਿਆ ਤੂੰ ਪੀੜ੍ਹੀ ਦੀ ਗੱਲ ਕਰਦਾ, ਹੁਣ ਭਾਵੇਂ ਦਰਗਾਹ ਦੇ ਵਿੱਚ ਤੂੰ ਪਲੰਘ ਡਾਲੀ, ਹੁਣ ਦਰਗਾਹ 'ਚ ਭਾਵੇਂ ਮੰਜੇ ਡਾਲੀ, ਕਿਉਂ? ਹੁਣ ਤੂੰ ਗੁਰੂ ਵਾਲਾ ਬਣ ਗਿਆ। ਭਾਗਾਂ ਵਾਲੇ ਆਓ, ਵਿਸਾਖੀ ਦਾ ਦਿਹਾੜਾ ਆ ਰਿਹਾ, ਅਸੀਂ ਵੀ ਅੰਮ੍ਰਿਤ ਛੱਕ ਕੇ ਸਿੰਘ ਸੱਜੀਏ, ਜਿਹਨਾਂ ਅੰਮ੍ਰਿਤ ਛੱਕਿਆ ਹੈ ਉਹ ਵੱਧ ਤੋਂ ਵੱਧ ਬਾਣੀ ਪੜ੍ਹੋ, ਆਪਣਾ ਨੇਮ ਵਧਾਓ, ਆਪਣੇ ਜੀਵਨ ਨੂੰ ਮਰਿਆਦਾ 'ਚ ਲਿਆਓ। ਅਜੇ ਤੱਕ ਜਿਹਨਾਂ ਅੰਮ੍ਰਿਤ ਨਹੀਂ ਛੱਕਿਆ, ਹੱਥ ਜੋੜ ਕੇ ਨਿਮਰਤਾ ਸਾਹਿਬ ਦੀ ਬੇਨਤੀ, ਭਾਈ ਅੰਮ੍ਰਿਤ ਛੱਕ ਕੇ ਸਿੰਘ ਸੱਜੋ। ਇਹ ਸਤਿਗੁਰ ਦਾ ਹੁਕਮ ਹੈ, ਇਹ ਸਤਿਗੁਰ ਦੇ ਘਰ ਦੀ ਮਰਿਆਦਾ ਹੈ, ਸਤਿਗੁਰ ਦਾ ਹੁਕਮ ਹੈ। ਪੀਬੋ ਪੌਲ ਖੰਡੇ ਧਾਰ, ਹੋਏ ਜਨਮ ਸੁਹੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰੂ ਚੇਲਾ, ਪਰਿਵਾਰ ਸਮੇਤ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੀਏ, ਸਤਿਗੁਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।